ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਸਮਾਣਾ ਦੇ ਪਿੰਡ ਜੋ ਗੱਜੂ ਮਾਜਰਾ ਪਹੁੰਚੇ ਹੈ। ਡਾਕਟਰ ਬਲਬੀਰ ਸਿੰਘ ਜਿਹੜੇ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਹੈ ਪਿੰਡ ਗੱਜੂ ਮਾਜਰਾ ਪਹੁੰਚੇ, ਉਹਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਬਰਖਾਸਤ ਕਰਨ ਦੇ ਲਈ ਗਵਰਨਰ ਰਾਜ ਵੀ ਲਾ ਸਕਦੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਚੋਣ ਪ੍ਰਚਾਰ ਚੱਲ ਰਿਹਾ ਡਾਕਟਰ ਸਾਹਿਬ ਦਾ। ਡਾਕਟਰ ਸਾਹਿਬ ਅੱਜ ਕਿੱਥੇ ਕਿੱਥੇ ਮੀਟਿੰਗਾਂ ਕੀਤੀਆਂ ਦੱਸੋ ਪਲੀਜ਼ ਥੋੜ੍ਹਾ ਜਿਹਾ। ਦੇਖੋ ਪਹਿਲਾਂ ਸਨੋਰ ਕਰਕੇ ਆਏ ਜੀ, ਜੀ ਹੁਣ ਇੱਥੇ ਆ ਤੁਹਾਡੇ ਸਾਹਮਣੇ ਆ, ਦੇਖੋ ਅਜੇ ਕਿੰਨਾ ਟਾਈਮ ਪਿਆ ਹੋਇਆ ਜੀ, ਆਹ ਦੇਖ ਲਓ ਰੈਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਾਡੀ ਅਤੇ ਲੋਕਾਂ ਦੇ ਵਿੱਚ ਪੂਰਾ ਜੋਸ਼ ਆ ਜੀ। ਲੋਕ ਜਿਹੜੇ ਲੋਕਾਂ ਨੇ ਆਲਰੇਡੀ ਜਿਹੜਾ ਹੈਗਾ ਮਨੋਹਰ ਲਾਲ ਖੱਟਰ ਦੀ ਜਿਹੜੀ ਵਿਕਟ ਲੈ ਲਈ ਹੈ ਜੀ, ਹਰਿਆਣਾ ਦੀ ਸਰਕਾਰ ਉਲਟਾ ਦਿੱਤੀ ਔਰ ਕੇਂਦਰ ਸਰਕਾਰ ਉਲਟਾਉਣ ਦੀ ਤਿਆਰੀ ਆ ਪੰਜਾਬੀਆਂ ਦੀ ਜੀ। 13 ਦੀਆਂ 13 ਸੀਟਾਂ ਜਿੱਤ ਰਹੇ ਹਾਂ ਜੀ ਅਸੀਂ, ਔਰ ਜਿਹੜੀ ਪਟਿਆਲੇ ਦੀ ਸੀਟ ਆ ਇਹ ਬਹੁਤ ਮੈਸਿਵ ਮਾਰਜਨ ਦੇ ਨਾਲ ਜਿੱਤਣ ਜਾ ਰਹੀ ਆ ਆਮ ਆਦਮੀ ਪਾਰਟੀ, ਬਹੁਤ ਵੱਡੇ ਮਾਰਜਨ ਦੇ ਨਾਲ। ਮੇਰੇ ਹਿਸਾਬ ਨਾਲ ਮੇਰਾ ਇਹ ਕਹਿਣਾ ਜੀ, ਇਹਦੀ ਲੋੜ ਨਹੀਂ ਪੈਣੀ ਚਾਹੀਦੀ ਸੀ। ਜਦੋਂ ਇਲੈਕਸ਼ਨ ਹੁੰਦੀਆਂ ਸਾਰੇ ਲੀਡਰਾਂ ਨੂੰ ਛੱਡ ਦੇਣਾ ਚਾਹੀਦਾ ਵੀ ਜਾਓ ਇਲੈਕਸ਼ਨ ਲੜੋ, ਜਿਹੜਾ ਇਹਨਾਂ ਨੇ ਜੋ ਇਹਨਾਂ ਨੇ ਸੱਪ ਕੱਢਣਾ ਬੀਜੇਪੀ ਨੇ ਉਹ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਕੱਢਿਆ ਜਾ ਸਕਦਾ। ਇਲੈਕਸ਼ਨਾਂ ਫਰੀ ਐਂਡ ਫੇਅਰ ਹੋਣੀਆਂ ਚਾਹੀਦੀਆਂ, ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਪ੍ਰਚਾਰ ਕਰਨ ਦਾ। ਜਿੰਨੇ ਵੀ ਲੀਡਰ ਫੜਿਆ ਸਾਡੇ ਇਹਨਾਂ ਕੋਲ ਕੋਈ ਸਬੂਤ ਨਹੀਂ ਅਜੇ ਤੱਕ ਪੇਸ਼ ਕਰ ਸਕੇ ਇਹ। ਮਨੀਸ਼ ਸਿਸੋਦੀਆ ਨੂੰ 1 ਸਾਲ ਤੋਂ ਉੱਪਰ ਹੋ ਗਿਆ, ਕੋਈ ਸਬੂਤ ਨਹੀਂ ਪੇਸ਼ ਕਰ ਸਕੇ, ਕੋਈ ਮਨੀ ਟ੍ਰੇਲ ਨਹੀਂ ਦਿਖਾ ਸਕੇ, ਬਿਲਕੁਲ ਜਿਹੜਾ ਹੈਗਾ ਗੈਰ ਕਾਨੂੰਨੀ ਕੰਮ ਕਰ ਰਹੇ ਆ ਇਹ, ਔਰ ਇਹਨਾਂ ਨੂੰ ਲੋਕ ਵੀ ਮਾਫ਼ ਨਹੀਂ ਕਰਨਗੇ। ਇਹਨਾਂ ਨੇ ਇੱਕ ਸਰਵਿੰਗ ਚੀਫ ਮਿਨਿਸਟਰ ਨੂੰ ਅੰਦਰ ਕੀਤਾ ਹੋਇਆ, ਇੱਕ ਦੂਜਾ ਜਿਹੜਾ ਮੁੱਖ ਮੰਤਰੀ ਆ ਚਲੋ ਰਿਜ਼ਾਈਨ ਕਰ ਗਏ ਸੀ ਉਹਨਾਂ ਨੂੰ ਅੰਦਰ ਕੀਤਾ ਹੋਇਆ, ਬਾਕੀ ਲੀਡਰਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਨੋਟਿਸ ਜਾ ਰਹੇ ਆ। ਸੰਜੇ ਜੀ ਨੂੰ ਜ਼ਮਾਨਤ ਮਿਲੀ ਆ, ਕੋਈ ਸਬੂਤ ਨਹੀਂ ਸੀ ਇਹਨਾਂ ਕੋਲ। ਸੰਜੇ ਜੀ ਨੂੰ ਜ਼ਮਾਨਤ ਕਿੱਦਾਂ ਮਿਲੀ ਆ? ਉਹੀ ਕੇਸ ਅਰਵਿੰਦ ਕੇਜਰੀਵਾਲ ਦਾ, ਉਹੀ ਮਨੀਸ਼ ਸਿਸੋਦੀਆ ਦਾ, ਸੇਮ ਕੇਸ ਆ ਜੀ। ਇਹਨਾਂ ਤੋਂ ਪੂਰੀ ਉਮੀਦ ਹੈ ਜੀ, ਜਿਸ ਤਰ੍ਹਾਂ ਇਹ ਓਪਰੇਸ਼ਨ ਲੋਟਸ ਕਰ ਰਹੇ ਆ, MLA MP ਖਰੀਦ ਰਹੇ ਆ, ਇਹ ਕੋਈ ਨਾ ਬਹੁਤ ਹੀ ਕਰਾਉਣੀ, ਇਸ ਤੋਂ ਵੀ ਕਰਾਉਣੀਆਂ ਹਰਕਤਾਂ ਕਰ ਸਕਦੀ ਹੈ ਬੀਜੇਪੀ ਸਰਕਾਰ ਦੀ। ਇਹਨਾਂ ਨੇ ਤੁਸੀਂ ਦੇਖੋ ਪਹਿਲਾਂ ਜਿਹੜੇ ਹੈਗੇ ਇਹਨਾਂ ਨੇ ਜਿਹੜੇ ਬੰਦਿਆਂ ਨੇ ਕਰੋੜਾਂ ਰੁਪਏ ਦੇ ਗਵਨ ਕੀਤੇ ਉਹ ਸਾਰੇ ਬੀਜੇਪੀ ਦੇ ਵਿੱਚ ਹੈ ਜੀ, ਚਾਹੇ ਸ਼ਗਨ ਭੁਜਬਲ ਹੈ ਜੀ, ਉਹਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ, ਉਹਦੀ ਫਾਈਲ ਹੀ ਗੁੰਮ ਗਈ। ਅਜੀਤ ਪਵਾਰ ਨੂੰ ਕਹਿੰਦੇ ਸੀ 72,000 ਕਰੋੜ ਰੁਪਏ ਦਾ ਘੁਟਾਲਾ, ਉਹਨੂੰ ਉਪ ਮੁੱਖ ਮੰਤਰੀ ਬਣਾਤਾ, ਉਹ ਕਿੱਦਾਂ ਬਣ ਗਿਆ ਜੀ ਉਪ ਮੁੱਖ ਮੰਤਰੀ? ਦੱਸੋ ਜਰਾ, ਕੋਈ ਹੈ ਇਹਨਾਂ ਕੋਲ ਜਸਟੀਫਿਕੇਸ਼ਨ? ਇਹਨਾਂ ਦੇ 25 ਬੰਦੇ ਆ ਜੀ ਇਹੋ ਜਿਹੇ, ਚਾਹੇ ਉਹ ਹਿਮਾਂਤਾ ਬਿਸਵਾ ਸ਼ਰਮਾ ਹੋਵੇ, ਜਿਹੜਾ ਮਰਜ਼ੀ ਹੋਵੇ ਜੀ। ਇਹ ਬਹੁਤ ਅਹਿਮ ਸਵਾਲ ਹੈ ਜੀ, ਸਾਡਾ 8,000 ਕਰੋੜ ਰੁਪਇਆ ਦੇਣਾ ਇਹਨਾਂ ਨੇ, ਪਹਿਲਾ ਕੰਮ ਤਾਂ ਉਹ 8,000 ਕਰੋੜ ਰੁਪਇਆ ਲੈਣਾ। ਦੂਜੀ ਗੱਲ ਹੈ ਵੀ ਇਹਨਾਂ ਨੇ ਸਾਡੇ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਆ, ਕਿਸੇ ਦੇ ਪਿਓ ਦੀ ਦਿੱਲੀ ਨਹੀਂ ਹੈ, ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ ਬਾਰਡਰਾਂ 'ਤੇ, ਕੋਈ ਨਹੀਂ ਗੋਲੀਆਂ ਚਲਾ ਸਕਦਾ ਉਹਨਾਂ 'ਤੇ। ਕਿਸਾਨ ਵੀ ਦਿੱਲੀ ਜਾਣਗੇ, ਧੀਆਂ ਭੈਣਾਂ ਨੂੰ ਤੰਗ ਕਰਨਗੇ, ਧੀਆਂ ਭੈਣਾਂ ਵੀ ਦਿੱਲੀ ਜਾਣਗੀਆਂ। ਸਾਡੇ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਹੈ ਸਭ ਤੋਂ ਜ਼ਿਆਦਾ ਆਰਮੀ 'ਚ ਮਿਲਦਾ ਸੀਗਾ। ਅਗਨੀਵੀਰ ਸਕੀਮ ਖਤਮ ਕਰਾਂਗੇ, ਕਿਸਾਨਾਂ ਨੂੰ MSP ਦੇਵਾਂਗੇ, ਜੈ ਜਵਾਨ ਜੈ ਕਿਸਾਨ ਕਰਾਂਗੇ ਜੀ। ਕਿਸਾਨ BJP ਦਾ ਵਿਰੋਧ ਕਰ ਰਹੇ ਆ ਕਿਉਂਕਿ BJP ਨੇ ਉਹਨਾਂ ਨੂੰ ਧੋਖਾ ਦਿੱਤਾ, ਕਾਲੇ ਕਾਨੂੰਨ ਲੈ ਕੇ ਆਏ, 13 ਮਹੀਨੇ ਦਿੱਲੀ ਦੇ ਬਾਰਡਰ 'ਤੇ ਬੈਠੇ, ਕਾਲੇ ਕਾਨੂੰਨ ਵਾਪਸ ਹੋਏ, ਜਿੰਨੇ ਵਾਅਦੇ ਕੀਤੇ ਸੀ BJP ਮੁੱਕਰ ਗਈ। ਕਿਸਾਨ ਵਿਰੋਧ ਕਰ ਰਿਹਾ, ਕਿਸਾਨ ਸਵਾਲ ਦਲੀਲ ਨਾਲ ਗੱਲ ਕਰ ਰਿਹਾ, ਸਵਾਲ ਪੁੱਛ ਰਿਹਾ ਕਿਸਾਨ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ, ਅਸੀਂ ਦਿੰਦੇ ਹਾਂ ਜਵਾਬ, ਅਸੀਂ ਕੋਸ਼ਿਸ਼ ਕੀਤੀ ਆ, ਕਿਸਾਨਾਂ ਦੇ ਮਰਨ ਪੱਟੀ ਕੀਤੀ ਆ, ਉਹ ਇੱਦਾਂ ਕੁਛ ਨਹੀਂ ਹੈ। ਕਿਸਾਨ ਸਵਾਲ ਪੁੱਛਦੇ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਕੈਮਰਾਮੈਨ ਪ੍ਰਸੰਨ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।